बचिंद कौर की पुस्तक पगडंडियां भाग दूजा दा विशा अमरीका एक अनुभव दा बाकी दा हिस्सा। सो अगले दिन मैं कैस्टर स्ट्रीट तो शर्मन वे दे राह हो तुरी। अजे सवेर दे 5:30 बजे सन। मसा मैं रेड लाइन कोल ही पहुंची सी कि कुकी पिछे पिछे अपनी कार लैके आ गया ते मेरे कोल कार रोक के बोलिया, बैठू मम्मी मैं छड्ड आना, शर्मन वे इत्थों काफ़ी दूर है। मैं चुप चाप ਉਹਦੇ ਕੋਲ ਡਰਾਈਵਰ ਦੇ ਨਾਲ ਵਾਲੀ ਸੀਟ ਉੱਤੇ ਬੈਠ ਗਈ। ਉਹਦੇ ਕੋਲ ਬੈਠ ਕੇ ਜਿਵੇਂ ਮੇਰੇ ਦਿਲ ਨੂੰ ਨਿੱਘ ਜਿਹਾ ਆ ਗਿਆ। ਜਿਸ ਦਿਨ ਦੀ ਮੈਂ ਇੱਥੇ ਆਈ ਸੀ ਅੱਜ ਤੱਕ ਮੁੜ ਕੁੱਕੀ ਨੂੰ ਮੇਰੇ ਕੋਲ ਬੈਠਣ ਦਾ ਸਮਾਂ ਨਹੀਂ ਸੀ ਮਿਲਿਆ। ਸਮਾਂ ਮਿਲਿਆ ਹੀ ਨਹੀਂ ਸੀ ਜਾਂ ਫਿਰ ਹਾਲਾਤ ਨੇ ਉਹਨੂੰ ਮੇਰੇ ਕੋਲ ਬੈਠਣ ਹੀ ਨਹੀਂ ਦਿੱਤਾ। ਹੁਣ ਅਸੀਂ ਮਾਂ ਪੁੱਤ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਸੀ। ਕੁੱਕੀ ਬੋਲੇ, ਮੰਮੀ ਮੈਂ ਨਹੀਂ ਚਾਹੁੰਦਾ ਇੱਥੇ ਆ ਕੇ ਤੁਸੀਂ ਐਵੇਂ ਨਿੱਕੀਆਂ ਨਿੱਕੀਆਂ ਜੌਬਾਂ ਲਈ ਰਾਹ ਗਾਉਂਦੇ ਫਿਰੋ। ਕੀ ਕਰਨੀ ਹੈ ਨੌਕਰੀ ਤੁਸੀਂ ਹੁਣ? ਬਥੇਰਾ ਚਿਰ ਦਿੱਲੀ 'ਚ ਨੌਕਰੀਆਂ ਪਿੱਛੇ ਤੁਸੀਂ ਪਾਪੜ ਵੇਲੇ। ਪਰ ਪੁੱਤ, ਬੰਦਾ ਜਿੰਨਾ ਕੰਮ 'ਚ ਬਿਜ਼ੀ ਰਹਿੰਦਾ ਹੈ ਓਨਾ ਉਹ ਖਾਮ ਖਾਹ ਦੇ ਫਿਕਰਾਂ ਤੋਂ ਮੁਕਤ ਰਹਿੰਦਾ ਹੈ। ਨਾਲੇ ਕੰਮ ਤਾਂ ਛੋਟਾ ਕੋਈ ਵੀ ਨਹੀਂ ਅਤੇ ਨਾ ਹੀ ਸਾਰਾ ਦਿਨ ਇਕੱਲੀ ਬੈਠੀ ਮੈਂ ਬਹੁਤਾ ਪੜ੍ਹ ਲਿਖ ਹੀ ਸਕਦੀ ਹਾਂ।